ਦੋਸਤੋ ਸਾਰਿਆਂ ਨੂੰ ਜੀ ਆਇਆਂ ਨੂੰ ਸੁਖਜੀਵਨ ਸਿਫਰੋ ਵਿਖੇ ਤੇ ਅੱਜ ਆਪਾਂ ਹੈਗੇ ਆ ਜੀ ਲੁਧਿਆਣੇ ਤੇ ਭਾਦੋ ਦਾ ਮਹੀਨਾ ਜਾ ਰਿਹਾ ਤੇ ਜੀ ਦੇਖੋ ਜੀ ਇਧਰ ਸਾਗ ਆ ਰਿਹਾ ਜੀ ਇਸ ਸੀਜ਼ਨ ਦਾ ਤੇ 2024 ਦੇ ਵਿੱਚ ਆ ਰਹੇ ਸਾਗ ਦੇ ਨਾਲ ਪਹਿਲੀ ਮੁਲਾਕਾਤ ਆਪਾਂ ਬਾਪੂ ਜੀ ਦੇ ਨਾਲ ਇਧਰ ਕਰਾਉਂਦੇ ਹਾਂ ਜੀ। ਬਾਪੂ ਜੀ ਇੱਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਪਿੰਡੋਂ ਪਿੰਡ ਦੇ ਘਰੋਂ ਬਣਾ ਕੇ ਲਿਆ ਰਹੇ ਨੇ ਔਰ 65-70 ਕਿਲੋਮੀਟਰ ਦੂਰੋਂ ਆ ਰਹੇ ਨੇ ਇੱਥੇ ਜੀ ਲੁਧਿਆਣੇ ਸਾਨੂੰ ਸਾਗ ਮੱਕੀ ਦੀ ਰੋਟੀ ਖਵਾਉਣ। ਸਾਗ ਆਪਣੇ ਘਰ ਦਾ ਸਾਗ ਆ। ਠੀਕ ਹੈ ਜੀ, ਠੀਕ ਹੈ ਜੀ। ਦੇਸੀ ਦੇਸੀ ਸਾਗ ਆ। ਦੇਸੀ ਸਾਗ ਆ, ਦੇਸੀ ਸਰੋਂ ਆ। ਦੇਸੀ ਸਰੋਂ ਆ, ਠੀਕ ਹੈ ਜੀ। ਘਰੋਂ ਬਣਾ ਕੇ ਲਿਆਉਣਾ ਮੱਕੀ ਦੀ ਰੋਟੀ। ਮੱਕੀ ਦੀ ਰੋਟੀ, ਠੀਕ ਹੈ ਜੀ। ਨਾਲ ਸਲਾਦ ਆ ਜੀ। ਠੀਕ ਹੈ ਜੀ। ਮਿਰਚਾਂ, ਠੀਕ ਹੈ ਜੀ। ਮਿਰਚਾਂ ਚਾਰ, ਠੀਕ ਹੈ ਜੀ। ਕਿਆ ਬਾਤ ਹੈ ਦੋਸਤੋ, ਬਾਪੂ ਜੀ ਨੇ ਢੱਕਣ ਚੱਕਿਆ ਔਰ ਇਹਦਾ ਖੁਸ਼ਬੂ ਜਿਹੜੀ ਚਾਰ ਦੀ, ਕਿਆ ਬਾਤ ਹੈ ਜੀ। ਠੀਕ ਹੈ ਜੀ। ਇਹ ਵੀ ਘਰੇ ਪਾਉਣੇ ਹੋ ਜੀ? ਹਾਂ, ਘਰ ਦਾ ਬਣਾਇਆ ਹੈ ਜੀ ਚਾਰ। ਅੱਛਾ ਜੀ, ਅੱਛਾ ਜੀ। ਸਰੋਂ ਦਾ ਲਾਉਣੇ ਆ, ਸਰੋਂ ਦਾ ਤੜਕਾ। 60-65 ਕਿਲੋਮੀਟਰ ਪੈ ਜਾਂਦਾ। ਇੰਨੀ ਦੂਰ ਤੁਸੀਂ ਆ ਕੇ ਪਿੰਡੋਂ ਇੱਥੇ ਲੁਧਿਆਣੇ ਆ ਕੇ ਮਤਲਬ ਇੱਥੇ ਸਾਰਿਆਂ ਨੂੰ ਸਾਗ ਖਵਾਉਣ ਦਾ ਫੈਸਲਾ ਕੀਤਾ ਆ, ਇਹ ਕਿੱਦਾਂ ਸਾਰੀ ਗੱਲ ਬਣੀ ਆ? ਔਰ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀਗੇ? ਪਹਿਲਾਂ ਜੀ ਖੇਤੀਬਾੜੀ ਲਈ ਕਰਦੇ ਸੀ। ਖੇਤੀ ਕਰਦੇ ਸੀਗੇ? ਹਾਂ। ਹੁਣ ਬਿਲਕੁਲ ਬਾਪੂ ਜੀ ਜਿੱਦਾਂ ਤੁਸੀਂ ਐਨ ਬਿਲਕੁਲ ਜਬਰਦਸਤ ਤਰੀਕੇ ਨਾਲ ਖੜੇ ਆ ਨਾ, ਤੁਹਾਡੇ ਮਤਲਬ ਤੁਹਾਡਾ ਜਿਹੜਾ ਰੋਹਬ ਹੀ ਲੱਗਦਾ ਕਿ ਖੇਤੀ ਵਾਲਾ ਆ ਨਾ। ਹਾਂ, ਕੀ ਬਾਤ ਹੈ। ਹੁਣ ਕੰਮ ਹੋ ਨਹੀਂ ਰਿਹਾ। ਅੱਛਾ, ਹੁਣ ਮਤਲਬ ਉਮਰ ਦੇ ਹਿਸਾਬ ਨਾਲ? ਹਾਂ, ਸਰੀਰ ਕੰਮ ਨਹੀਂ ਦਿੰਦਾ ਕਰਦਾ ਉਹਨਾਂ। ਠੀਕ ਹੈ ਜੀ। ਤੇ ਕਿੰਨੀ ਉਮਰ ਹੋ ਗਈ ਬਾਪੂ ਜੀ? 65 ਸਾਲ ਦੀ ਆ ਜੀ। 65 ਸਾਲ ਦੀ ਉਮਰ ਹੋ ਗਈ ਆ ਤੇ ਪਹਿਲਾਂ ਖੇਤੀ ਕਰਦੇ ਸੀਗੇ ਤੇ ਹੁਣ ਮਤਲਬ ਕਿ ਜ਼ੋਰ ਵਾਲਾ ਕੰਮ ਹੁੰਦਾ ਨਹੀਂ ਹੈ? ਹੁੰਦਾ ਨਹੀਂ, ਆਹ ਤੋੜ ਲਿਆ ਜੀ। ਹੁਣ ਇਹ ਤੋੜ ਲਿਆ ਤੇ ਨਾਲ ਲੱਸੀ ਵੀ ਆ? ਹਾਂ, ਲੱਸੀ ਫ੍ਰੀ ਆ ਜੀ। ਲੱਸੀ ਜਿਹੜੀ ਹੈਗੀ ਆ ਸਾਗ ਦੇ ਥਾਲੀ ਨਾਲ ਫ੍ਰੀ ਆ ਜੀ, ਕਿਆ ਬਾਤ ਹੈ ਜੀ। ਤੇ ਜੇ ਰੋਟੀ ਖਾਂਦੇ ਆ ਸਾਗ ਹੋਰ ਚਾਹੀਦਾ? ਹੋਰ ਵੀ ਪਾ ਦਿੰਦੇ ਆ ਜੀ। ਹੋਰ ਵੀ ਪਾ ਦਿੰਦੇ ਆ? ਰੋਟੀ ਹੋਰ ਦੇ ਦਿੰਦੇ ਆ। ਮਤਲਬ ਪਿੰਡਾਂ ਵਾਲਾ ਜਿਹੜਾ ਖੁੱਲਾ ਦਿਲ ਆ ਉਹਦੇ ਨਾਲ ਖਵਾਉਣਾ ਹੈ? ਰੋਟੀ ਹੋਰ ਮੰਗੋ, ਹੋਰ ਮਿਲ ਜੂ ਰੋਟੀ, ਕਦੀ ਹੋਰ ਵੀ ਦੇ ਦਿੰਦੇ ਆ? ਕਿਆ ਬਾਤ ਹੈ, ਫੇਰ ਤਾਂ ਅਨਲਿਮਿਟਿਡ ਹੀ ਆ ਕੰਮ, ਕਿਆ ਬਾਤ ਹੈ ਜੀ। ਸਾਗ ਹੋਰ ਮੰਗੂ, ਸਾਗ ਪਾਵਾਂਗੇ। ਠੀਕ ਹੈ ਜੀ। ਹਾਂ, ਕੋਈ ਸਪਰੇ ਨਹੀਂ ਕਰੀ। ਅੱਛਾ ਜੀ, ਤੇ ਬਿਲਕੁਲ ਦੇਖੋ ਜੀ ਦੇਸੀ ਤਰੀਕੇ ਨਾਲ ਬਿਨਾਂ ਸਪਰੇ ਤੋਂ ਸਾਗ ਸਰੋਂ ਦਾ ਸਾਗ ਤਿਆਰ ਕਰਦੇ ਆ। ਤੇ ਜਿੱਦਾਂ 7 ਦਿਨ ਹੋਏ ਆ, ਕਿੱਦਾਂ ਲੁਧਿਆਣਾ ਕਿੱਦਾਂ ਲੱਗਾ ਫੇਰ? ਹਾਂ, ਵਧੀਆ ਲੱਗਿਆ ਜੀ। ਵਧੀਆ ਲੱਗਾ ਜੀ। ਹਾਂ, ਵਧੀਆ ਗਾਹਕ ਪੈਂਦਾ ਜੀ। ਵਧੀਆ ਗਾਹਕ ਪੈਂਦਾ। ਠੀਕ ਹੈ। ਹਾਂਜੀ ਬਾਪੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਪੂ ਜੀ, ਆਪਣਾ ਸ਼ੁਭ ਨਾਮ ਜੀ? ਮੇਰਾ ਨਾਮ ਜੀਤ ਸਿੰਘ ਆ। ਠੀਕ ਹੈ ਜੀ। ਸਾਗ ਆਪਣੇ ਘਰ ਦਾ ਸਾਗ ਆ। ਠੀਕ ਹੈ ਜੀ, ਠੀਕ ਹੈ ਜੀ। ਦੇਸੀ ਸਾਗ ਆ। ਦੇਸੀ ਸਾਗ ਆ। ਅੱਛਾ, ਇਹ ਸਾਗ ਪੈਕਿੰਗ ਕਰ ਰਹੇ ਆ, ਇਹ ਸਰੋਂ ਦਾ ਹੈ ਜੀ? ਹਾਂਜੀ ਹਾਂਜੀ। ਠੀਕ ਹੈ ਜੀ, ਠੀਕ ਹੈ। ਦੇਸੀ ਸਰੋਂ ਆ। ਦੇਸੀ ਸਰੋਂ ਆ, ਠੀਕ ਹੈ ਜੀ। ਤੇ ਆਪ ਹੀ ਘਰੋਂ ਬਣਾ ਕੇ ਲਿਆਉਂਦੇ ਹੋ ਜੀ? ਘਰੋਂ ਬਣਾ ਕੇ ਲਿਆਉਣਾ ਮੱਕੀ ਦੀ ਰੋਟੀ। ਮੱਕੀ ਦੀ ਰੋਟੀ, ਠੀਕ ਹੈ ਜੀ। ਨਾਲ ਸਲਾਦ ਆ ਜੀ। ਠੀਕ ਹੈ ਜੀ। ਮਿਰਚਾਂ, ਠੀਕ ਹੈ ਜੀ। ਮਿਰਚਾਂ ਚਾਰ, ਠੀਕ ਹੈ ਜੀ। ਤੇ ਬਾਬਾ ਜੀ, ਸਾਗ ਮੱਕੀ ਦੀ ਰੋਟੀ ਨਾਲ ਲੱਸੀ ਵੀ ਹੁੰਦੀ ਹੈ ਜੀ? ਹਾਂ, ਲੱਸੀ ਵੀ ਆ ਜੀ, ਨਾਲ ਘਰ ਦੀ ਲੱਸੀ ਆ। ਘਰ ਦੀ ਲੱਸੀ? ਅੱਛਾ ਜੀ, ਚਾਟੀ ਵਾਲੀ ਜੀ? ਹਾਂ ਜੀ, ਹਾਂ। ਠੀਕ ਹੈ ਜੀ, ਦਿਖਾਇਓ ਤਾਂ ਸਾਨੂੰ ਜੀ। ਆ ਜੀ, ਸਾਗ ਮੱਕੀ ਦੀ ਰੋਟੀ ਦੇ ਨਾਲ ਇੱਧਰ ਹੈਗੀ ਹੈ ਜੀ ਲੱਸੀ ਆਪਣੀ। ਅੱਛਾ, ਘਰ ਦੀ ਆਪ ਹੀ ਤਿਆਰ ਕਰੀ? ਤਿਆਰ ਕਰਦੇ ਆ ਜੀ, ਘਰੋਂ ਤਿਆਰ ਕਰਕੇ ਲਿਆਉਣਾ ਜੀ। ਠੀਕ ਹੈ ਜੀ, ਮਤਲਬ ਕਿ ਸਾਰਾ ਸਮਾਨ ਘਰੋਂ ਤਿਆਰ ਕਰਕੇ ਲਿਆਉਣਾ ਜੀ। ਠੀਕ ਹੈ। ਇੱਥੇ ਸਾਗ ਮੱਕੀ ਦੀ ਰੋਟੀ ਜਿਹੜੀ ਹੁੰਦੀ ਆ ਜਾਂ ਕਣਕ ਦੀ ਵੀ ਹੁੰਦੀ ਨਾਲ ਜੀ? ਨਾ, ਮੱਕੀ ਦੀ ਆ ਜੀ ਕੱਲੀ। ਮੱਕੀ ਦੀ ਹੁੰਦੀ? ਅੱਛਾ ਜੀ। ਹਾਂ, ਨਾਲ ਮਿਰਚਾਂ ਜੀ ਚਾਰ। ਅੱਛਾ ਜੀ, ਠੀਕ ਹੈ ਜੀ। ਇੱਧਰ ਹੈਗੇ ਆ ਜੀ, ਕਿਆ ਬਾਤ ਹੈ ਦੋਸਤੋ, ਬਾਪੂ ਜੀ ਨੇ ਢੱਕਣ ਚੱਕਿਆ ਔਰ ਇਹਦਾ ਖੁਸ਼ਬੂ ਜਿਹੜੀ ਅਚਾਰ ਦੀ, ਦਿਖਾਇਓ ਜੀ ਮਾੜਾ ਜਿਹਾ, ਕਿਆ ਬਾਤ ਹੈ ਜੀ। ਠੀਕ ਹੈ ਜੀ। ਇਹ ਵੀ ਘਰੇ ਪਾਉਣੇ ਹੋ ਜੀ? ਹਾਂ, ਘਰ ਦਾ ਬਣਾਇਆ ਹੈ ਜੀ ਚਾਰ।
ਅੱਛਾ ਜੀ, ਆਪ ਹੀ ਮਿਰਚਾਂ ਮੁਰਚਾਂ ਕੱਟ ਕੇ ਆਪ ਹੀ ਸਾਰਾ ਤਿਆਰ ਕਰ? ਹਾਂ, ਤੜਕਾ ਲਾ ਕੇ। ਠੀਕ ਹੈ ਜੀ, ਇਹ ਮਾੜਾ ਦਿਖਾਇਓ ਦੁਬਾਰਾ ਜੀ। ਮਸਾਲੇ ਮਸੂਲੇ ਪਾ ਕੇ? ਠੀਕ ਹੈ ਜੀ, ਸਾਰੀਆਂ ਲਾਲ ਮਿਰਚਾਂ। ਤੇ ਕੀ ਪੈਂਦਾ ਇਹਦੇ ਵਿੱਚ ਜੀ? ਇਹ ਮਸਾਲਾ ਪੈਂਦਾ ਜੀ। ਅੱਛਾ ਜੀ, ਸਰੋਂ ਦਾ ਲਾਉਣੇ ਆ। ਸਰੋਂ ਦਾ ਤੜਕਾ। ਮਸਾਲੇ ਕਿਹੜੇ ਕਿਹੜੇ ਹੋਣਗੇ ਜੀ? ਉਦੋਂ ਬਾਅਦ ਜੀ ਉਹ ਪਾਉਣੇ ਆਗੇ ਸਿਰਕਾ। ਸਿਰਕਾ, ਅੱਛਾ ਜੀ, ਕਿਆ ਬਾਤ ਹੈ, ਸਿਰਕੇ ਨਾਲ ਬਣਦੀ ਆ ਜੀ। ਠੀਕ ਹੈ, ਔਰ ਸਾਗ ਦੇ ਨਾਲ ਮਿਰਚ ਦਾ ਅਚਾਰ ਤੇ ਬਜਾ ਬਜਾ ਕੀਤੀ ਹੋਈ ਆ ਦੋਸਤੋ, ਅਸੀਂ ਦੇਖ ਸਕਦੇ ਹਾਂ। ਪਹਿਲਾਂ ਵੀਰ ਆਪਣੇ ਤੋਂ ਪੈਕਿੰਗ ਵੀ ਇਹਨਾਂ ਤੋਂ ਕਰਾ ਕੇ ਲੈ ਗਿਆ ਤੇ ਨਵਾਂ ਕੰਮ ਆ। ਹਫ਼ਤਾ ਹੋਇਆ ਜੀ? ਹਾਂ, ਹਫ਼ਤਾ ਹੋਇਆ ਜੀ। ਠੀਕ ਹੈ ਜੀ, ਨਵਾਂ ਕੰਮ ਹਾਲੇ ਇੱਥੇ ਡਰੈਸ ਦਾ ਪਤਾ ਨਹੀਂ ਸਾਰਿਆਂ ਨੂੰ, ਤੇ ਬਿਲਕੁਲ ਸੀਜ਼ਨ ਦੇ ਸ਼ੁਰੂ ਦੇ ਵਿੱਚ ਇਹਨਾਂ ਨੇ ਸ਼ੁਰੂ ਕਰ ਲਿਆ ਇਹ ਕੰਮ। ਤੇ ਇਹ ਮੱਕੀ ਦੀਆਂ ਰੋਟੀਆਂ ਫਿਰ ਤਵੀ ਤੇ ਲੈਣੀਆਂ ਭੱਠੀ ਦੀਆਂ ਜੀ? ਤਵੀ ਤੇ ਲਾਉਣੇ ਆ ਜੀ। ਕੀ ਬਾਤ ਹੈ ਜੀ, ਚਾਰ ਪੈ ਜਾਂਦੀਆਂ ਨੇ। ਠੀਕ ਹੈ ਜੀ, ਤੇ ਇੱਧਰ ਆ ਸਿਲੰਡਰ ਰੱਖਿਆ ਹੋਇਆ, ਨਾਲ ਦੀ ਨਾਲ ਤੁਸੀਂ ਗਰਮ ਕਰਕੇ ਦੇ ਦੇਣੀ ਆ, ਸਾਗ ਵੀ ਗਰਮ ਮਿਲੂਗਾ। ਹਾਂਜੀ, ਹਾਂ ਜੀ, ਹਾਂ ਠੀਕ ਆ। ਤੇ ਅੱਛਾ, ਮੈਨੂੰ ਦੱਸਿਓ ਵੀ ਤੁਸੀਂ ਲੁਧਿਆਣੇ ਆ ਕਿੱਥੇ ਸ਼ੁਰੂ ਕੀਤਾ ਕੰਮ, ਤੇ ਕਿਹੜਾ ਪਿੰਡ ਕਿਹੜਾ ਆਪਣਾ ਜੀ? ਪਿੰਡ ਆਪਣਾ ਗੁਆਰਾ ਜੀ, ਮਲੇਰਕੋਟਲੇ ਲੱਗੇ ਆ। ਮਲੇਰਕੋਟਲੇ ਦੇ ਲੱਗੇ ਆ, ਤੇ ਮਲੇਰਕੋਟਲੇ ਤੋਂ ਰੋਜ਼ ਤੁਸੀਂ ਇੱਥੇ ਆਉਂਦੇ ਆ ਜੀ? ਹਾਂ, ਰੋਜ਼ ਆਉਂਦੇ ਆ ਜੀ, ਮੋਟਰਸਾਈਕਲ ਤੇ। ਮੋਟਰਸਾਈਕਲ ਤੇ ਆਉਂਦੇ ਹੋ ਤੇ ਬਾਪੂ ਜੀ ਕਿੰਨਾ ਸਫ਼ਰ ਪੈ ਜਾਂਦਾ ਜੀ? 65 ਕਿਲੋਮੀਟਰ ਪੈ ਜਾਂਦਾ। ਤੇ ਇੰਨੀ ਦੂਰੋਂ ਆ ਕੇ ਤੁਸੀਂ ਇੱਥੇ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਇੱਕਦਮ ਆਪਣਾ ਪੰਜਾਬੀ ਖਾਣਾ ਖਾਣਾ ਸ਼ੁਰੂ ਕੀਤਾ ਹੈ, ਤੇ ਇਹ ਕੀ ਕਿੱਦਾਂ ਬਣੀ ਇਹ ਸਾਰੀ ਗੱਲ? ਤੇ ਪਹਿਲਾਂ ਕੀ ਕੰਮ ਕਰਦੇ ਸੀ? ਪਹਿਲਾਂ ਬਣੀ ਆਣਾ, ਖੇਤੀਬਾੜੀ ਕਰਦੇ ਸੀ ਜੀ। ਖੇਤੀ ਕਰਦੇ ਸੀਗੇ? ਹਾਂ। ਅੱਛਾ, ਉਸ ਤੋਂ ਬਾਅਦ ਹੁਣ ਇੱਧਰ ਆ ਗਏ ਇਸ ਕੰਮ 'ਚ ਆ ਗਏ ਜੀ? ਹਾਂ ਜੀ, ਉਹ ਹੁਣ ਕੰਮ ਹੋ ਨਹੀਂ ਰਿਹਾ। ਅੱਛਾ, ਹੁਣ ਮਤਲਬ ਉਮਰ ਦੇ ਹਿਸਾਬ ਨਾਲ? ਹਾਂ, ਠੀਕ, ਕੰਮ ਨਹੀਂ ਦਿੰਦਾ ਕਰਦਾ ਉਹਨਾਂ। ਠੀਕ ਹੈ ਜੀ, ਤੇ ਕਿੰਨੀ ਉਮਰ ਹੋ ਗਈ ਬਾਪੂ ਜੀ? 65 ਸਾਲ ਦੀ ਆ ਜੀ। 65 ਸਾਲ ਦੀ ਉਮਰ ਹੋ ਗਈ ਆ, ਤੇ ਪਹਿਲਾਂ ਖੇਤੀ ਕਰਦੇ ਸੀਗੇ, ਤੇ ਹੁਣ ਮਤਲਬ ਕਿ ਜ਼ੋਰ ਵਾਲਾ ਕੰਮ ਹੁੰਦਾ ਨਹੀਂ ਹੈ? ਹੁੰਦਾ ਨਹੀਂ, ਆਹ ਤੋੜ ਲਿਆ ਜੀ। ਹੁਣ ਇਹ ਤੋੜ ਲਿਆ, ਤੇ ਇਹ ਘਰ ਸਾਰੇ ਬਣਾ ਦਿੰਦੇ ਆ ਖਾਣਾ? ਆਹ ਘਰੇ ਬੁੜੀਆਂ ਬਣਾ ਕੇ ਭੇਜ ਦਿੰਦੀਆਂ ਨੇ। ਅੱਛਾ ਜੀ, ਕਿਆ ਬਾਤ ਹੈ ਜੀ। ਦੇਖੋ ਜੀ, ਬਹੁਤ ਹੀ ਵਧੀਆ ਦੋਸਤੋ, ਨਵਾਂ ਕੰਮ ਸ਼ੁਰੂ ਕੀਤਾ, ਹਫ਼ਤਾ ਕੁ ਹੋਇਆ ਇਹਨਾਂ ਨੇ, ਤੇ ਬਿਲਕੁਲ ਸਾਫ ਸਫਾਈ ਦੇ ਨਾਲ ਕੰਮ ਕਰ ਰਹੇ ਨੇ ਨਾ। ਗਾਹਕ ਜਿਹੜਾ ਆਉਂਦਾ ਜੀ, ਬਹੁਤ ਮੰਨਦੇ ਨੇ। ਅੱਛਾ ਜੀ, ਠੀਕ ਹੈ ਜੀ, ਬਹੁਤ ਖਾਣਾ ਵਧੀਆ, ਜਿਹੜਾ ਖਾ ਕੇ ਜਾਂਦਾ ਉਹ ਕਹਿੰਦਾ ਕਿ ਵਧੀਆ? ਹਾਂ, ਬਹੁਤ ਵਧੀਆ। ਕਿਆ ਬਾਤ ਹੈ ਜੀ, ਤੇ ਨਵਾਂ ਕੰਮ ਹੈ, ਆਪਾਂ ਡਰੈਸ ਅੱਗੇ ਬਾਪੂ ਜੀ ਤੋਂ ਪੁੱਛਦੇ ਹਾਂ, ਇੱਥੇ ਜ਼ਰੂਰ ਆਉਣਾ ਹੈ ਤੁਸੀਂ। ਬਿਲਕੁਲ ਸੀਜ਼ਨ ਦੇ ਸ਼ੁਰੂ ਚ ਇਹਨਾਂ ਨੇ ਸ਼ੁਰੂ ਕਰ ਲਿਆ ਕੰਮ, ਇੱਧਰ ਮੱਕੀ ਦੀ ਰੋਟੀ ਗਰਮ ਕਰਕੇ ਦੇਣਗੇ, ਤੇ ਇੱਧਰ ਸਾਗ ਵੀ ਹੈਗਾ। ਤੇ ਬਾਪੂ ਜੀ ਫਿਰ ਮਤਲਬ ਕਿ ਪਹਿਲਾਂ ਤੁਸੀਂ ਤਾਂ ਖੇਤੀ ਕਰਦੇ ਸੀ, ਫਸਲ ਮੰਡੀ ਲੈ ਕੇ ਜਾਂਦੇ ਸੀ? ਹਾਂ ਜੀ, ਪਹਿਲਾਂ ਮੰਡੀ ਜਾਂਦੇ ਨੇ। ਹੁਣ ਤੁਸੀਂ ਸੋਚ ਲਿਆ ਵੀ ਚਲੋ ਇਹ ਜਿਹੜੀ ਸਾਗ ਆ, ਸਰੋਂ ਬੀਜੀ ਆ, ਤੇ ਸਾਗ ਬਣਾ ਕੇ, ਸੌਖਾ ਕੰਮ ਆ ਜੀ ਆਪਣਾ, ਇਹ ਜਿਹੜਾ ਉਮਰ ਦੇ ਹਿਸਾਬ ਨਾਲ ਸੌਖਾ ਕੰਮ, ਸੌਖਾ ਕੰਮ, ਬੈਠ ਕੇ ਵੇਚੀ ਆ। ਠੀਕ ਹੈ ਜੀ, ਤੇ ਜਿੱਦਾਂ 7 ਦਿਨ ਹੋਏ, ਕਿੱਦਾਂ ਲੁਧਿਆਣਾ ਕਿੱਦਾਂ ਲੱਗਾ ਫਿਰ? ਹਾਂ, ਵਧੀਆ ਲੱਗਿਆ ਜੀ। ਵਧੀਆ ਲੱਗਾ ਜੀ? ਹਾਂ, ਵਧੀਆ ਗਾਹਕ ਪੈਂਦਾ ਜੀ। ਵਧੀਆ ਗਾਹਕ ਪੈਂਦਾ? ਹਾਂ। ਠੀਕ ਹੈ ਜੀ, ਤੇ ਲਓ ਜੀ, ਬਾਪੂ ਜੀ ਨੇ ਨਵਾਂ ਢਾਬਾ ਸ਼ੁਰੂ ਕਰ ਲਿਆ ਲੁਧਿਆਣੇ ਦੇ ਵਿੱਚ, ਮਲੇਰਕੋਟ ਲਵਾ ਕੇ, ਤੇ ਇੱਧਰ ਆ ਗਿਆ ਜੀ ਪਿਆਜ਼, ਤੇ ਇੱਧਰ ਹੈਗਾ ਜੀ ਸਾਗ। ਇਹ ਤੁਸੀਂ ਕਹਿੰਦੇ ਦੇਸੀ ਸਰੋਂ ਦਾ ਸਾਗ ਹੈ? ਹਾਂ, ਦੇਸੀ ਸਰੋਂ ਬਿਨਾਂ ਸਪਰੇ ਵਾਲਾ ਖਾਣਾ ਹੈ ਜੀ। ਦੇਖੋ ਕਿਆ ਬਾਤ ਹੈ, ਔਰ ਇੱਧਰ ਆ ਗਿਆ ਜੀ ਸਾਗ ਆ ਗਿਆ ਜੀ, ਤੇ ਇੱਧਰ ਆ ਗਿਆ ਪਿਆਜ਼, ਤੇ ਇਹ ਆ ਗਿਆ ਜੀ ਮੱਕੀ ਦੀ ਰੋਟੀ ਦੀ। ਕਿਆ ਬਾਤ ਹੈ ਜੀ, ਤੇ ਇੱਧਰ ਸਪੈਸ਼ਲ ਜਿਹੜਾ ਇਹਨਾਂ ਦਾ ਅਚਾਰ ਹੈ ਜੀ, ਮਿਰਚ ਦਾ, ਮਿਰਚ ਦਾ ਅਚਾਰ ਹੈ ਜੀ। ਤੇ ਆ ਇੱਧਰ ਮਿਰਚ ਆ ਗਈ ਜੀ, ਸਪੈਸ਼ਲ ਅਚਾਰ ਆ ਗਿਆ ਮਿਰਚ ਦਾ ਜੀ। ਤੇ ਬਾਪੂ ਜੀ ਕਿੰਨਾ ਟਾਈਮ ਲੱਗਦਾ, ਸਵੇਰੇ ਕਿੰਨੇ ਵਜੇ ਸਾਗ ਧਰ ਦਿੰਦੇ ਆ? ਇਹ 4 ਵਜੇ ਧਰਦੇ ਆ। ਠੀਕ ਹੈ ਜੀ, 4 ਘੰਟੇ ਲੱਗ ਜਾਂਦੇ ਨੇ। 4 ਘੰਟੇ ਲੱਗ ਜਾਂਦੇ? ਅੱਛਾ ਜੀ, ਬੁੜੀਆਂ ਬਣਾਉਂਦੀਆਂ ਨੇ। ਠੀਕ ਹੈ ਜੀ, ਠੀਕ ਹੈ। ਸਾਗ ਰੋਟੀ ਬਣਾਉਂਦੀਆਂ ਨੇ, ਇੱਕ ਚੁੱਲ੍ਹੇ ਤੇ ਸਾਗ, ਚੁੱਲ੍ਹੇ ਤੇ ਸਾਗ ਬਣਦਾ ਜੀ, ਸਾਗ ਚੁੱਲ੍ਹੇ ਤੇ ਬਣਦਾ। ਠੀਕ ਹੈ ਜੀ, ਠੀਕ ਹੈ ਜੀ, 4 ਘੰਟੇ ਲੱਗਦੇ ਆ ਦੇਖੋ ਜੀ ਸਾਗ ਨੂੰ, ਤੇ ਫੇਰ ਜਾ ਕੇ ਸਾਗ ਤਿਆਰ ਹੁੰਦਾ ਜੀ। ਇੱਧਰ ਮਿਰਚ ਆ ਗਈ, ਚੁੱਲ੍ਹੇ ਬਣਾਉਣੇ ਆ ਜੀ ਆਪਾਂ, ਚੁੱਲ੍ਹੇ ਦਾ ਸਾਗ ਆ। ਮਿਰਚ ਜਿਹੜੀ ਆ ਕਮਾਲ ਦੀ ਆ, ਖੁਸ਼ਬੂ ਮਿਰਚ ਵਾਲੇ ਚਾਰ ਦੀ ਅਲੱਗ ਤੋਂ ਆਉਂਦੀ ਆ, ਤੇ ਇੱਧਰ ਆ ਗਿਆ ਪਿਆਜ਼ ਜੀ, ਇਹ ਸਾਗ ਆ ਗਿਆ ਜੀ, ਇੱਧਰ ਮੱਖਣ ਆ ਗਿਆ, ਅਚਾਰ ਆ ਗਿਆ, ਤੇ 2 ਰੋਟੀਆਂ ਦੇ ਨਾਲ 70 ਰੁਪਏ ਦੀ ਪਲੇਟ ਆ ਜੀ। 70 ਰੁਪਏ ਜੀ, 70 ਰੁਪਏ ਦੀ ਪਲੇਟ ਆ, ਤੇ ਨਾਲ ਲੱਸੀ ਵੀ ਆ। ਹਾਂ, ਲੱਸੀ ਫ੍ਰੀ ਆ ਜੀ, ਲੱਸੀ ਜਿਹੜੀ ਹੈਗੀ ਆ ਸਾਗ ਦੇ ਥਾਲੀ ਨਾਲ ਫ੍ਰੀ ਆ ਜੀ। ਕਿਆ ਬਾਤ ਹੈ ਜੀ,
ਤੇ ਜਿਹੜਾ ਆਪਣੇ ਸਾਗ ਤੁਸੀਂ ਦੇਤਾ, ਦੋ ਰੋਟੀਆਂ ਦੇਤੀਆਂ, ਮੱਖਣ ਵੀ ਦੇਤਾ, ਤੇ ਜੇ ਰੋਟੀ ਖਾਂਦੇ ਆ ਸਾਗ ਹੋਰ ਚਾਹੀਦਾ, ਹੋਰ ਵੀ ਪਾ ਦਿੰਦੇ ਆ, ਹੋਰ ਵੀ ਪਾ ਦਿੰਦੇ ਆ, ਰੋਟੀ ਹੋਰ ਦੇ ਦਿੰਦੇ ਆ, ਮਤਲਬ ਪਿੰਡਾਂ ਵਾਲਾ ਜਿਹੜਾ ਖੁੱਲਾ ਦਿਲ ਆ ਉਹਦੇ ਨਾਲ ਖਵਾਉਣਾ, ਰੋਟੀ ਹੋਰ ਮੰਗੋ, ਹੋਰ ਮਿਲ ਜੂ, ਰੋਟੀ ਇੱਕ ਅੱਧੀ ਹੋਰ ਵੀ ਦੇ ਦਿੰਦੇ ਆ, ਕਿਆ ਬਾਤ ਹੈ, ਫੇਰ ਤਾਂ ਅਨਲਿਮਿਟਿਡ ਹੀ ਆ ਕੰਮ, ਕਿਆ ਬਾਤ ਹੈ, ਸਾਗ ਹੋਰ ਮੰਗੂ, ਸਾਗ ਠੀਕ ਹੈ ਜੀ, ਲੱਸੀ ਫ੍ਰੀ ਹੈ ਜੀ ਇੱਕ ਗਲਾਸ ਥਾਲੀ ਦੇ ਨਾਲ, ਤੇ ਰੋਟੀਆਂ ਤੇ ਸਾਗ ਦੇ ਨਾਲ ਆਪਣਾ ਸੀਜ਼ਨ ਜਿਹੜਾ ਸਾਗ ਦਾ ਆ ਗਿਆ ਬਾਪੂ ਜੀ ਨੇ ਸ਼ੁਰੂ ਕਰਤਾ, ਤੇ ਬਾਪੂ ਜੀ ਧੰਨਵਾਦ ਤੁਸੀਂ ਸਮਾਂ ਦਿੱਤਾ ਗੱਲਬਾਤ ਕਰਨ ਦੇ ਲਈ, ਤੇ ਬਾਪੂ ਜੀ ਇੱਥੇ ਐਡਰੈਸ ਕੀ ਹੈਗਾ, ਆਪਾਂ ਕਿੱਥੇ ਖੜੇ ਹਾਂ ਦੱਸਿਓ ਮਾੜਾ ਜਿਹਾ, ਆਪਣੇ ਜੀ ਇਹ ਗਿੱਲਾਂ ਵਾਲੇ ਚੌਂਕ ਤੋਂ ਇੱਧਰ ਖੜਿਆ ਜੀ, ਨਹਿਰ ਤੋਂ ਇੱਧਰ ਲੱਗ ਕੇ ਗਿੱਲਾਂ ਵਾਲੀ ਨਹਿਰ ਪਾਰ ਕਰਕੇ ਇੱਧਰੋਂ ਸਾਹਮਣੇ ਜੀ ਐਨ ਈ ਕਾਲਜ ਹੈਗਾ, ਤੇ ਉਹਦੇ ਬਿਲਕੁਲ ਆਪੋਜਿਟ ਉਹਦੇ ਸਾਹਮਣੇ ਇੱਥੇ ਬਾਪੂ ਜੀ ਆ ਦੇਖੋ ਜੀ ਸੈਟਅਪ ਹੋਊਗਾ, ਨਵਾਂ ਕੰਮ ਹਾਲੇ ਨਹੀਂ, ਬੋਰਡ ਬੂਰਡ ਬਣਾਉਣਾ ਆ, ਤੇ ਮੈਂ ਇਹਨਾਂ ਦਾ ਨੰਬਰ ਵੀ ਵਿੱਚ ਦੇ ਦਿੰਦਾ ਤੁਹਾਨੂੰ, ਤੇ ਫੋਨ ਕਰਕੇ ਵੀ ਤੁਸੀਂ ਆ ਸਕਦੇ ਆ, ਤੇ ਜ਼ਰੂਰ ਇੱਧਰ ਬਾਪੂ ਜੀ ਕੋਲ ਪਹੁੰਚੋ, ਪਿੰਡ ਦਾ ਸ਼ੁੱਧ ਦੇਸੀ ਖਾਣਾ, ਘਰ ਦਾ ਬਣਿਆ ਮਾਵਾਂ ਦੇ ਥਾਂ ਦਾ ਖਾਣਾ, ਤੇ ਤੁਸੀਂ ਇੱਥੇ ਖਾ ਸਕਦੇ ਹੋ, ਤੇ ਬਾਪੂ ਜੀ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ, ਗਾਹਕ ਬਹੁਤ ਪਸੰਦ ਕਰਦੇ ਨੇ, ਠੀਕ ਹੈ ਜੀ, ਠੀਕ ਹੈ ਜੀ, ਬਾਪੂ ਜੀ ਕਹਿੰਦੇ ਜਿਹੜਾ ਖਾ ਕੇ ਜਾਂਦਾ ਉਹ ਸਿਫਤਾਂ ਕਰਦਾ ਔਰ ਦੁਬਾਰਾ ਆਉਂਦਾ ਜੀ, ਕਿਆ ਬਾਤ ਹੈ, ਇੱਕ ਵਾਰ ਤੁਸੀਂ ਜ਼ਰੂਰ ਆਓ, ਸਵਾਦ ਤੁਹਾਨੂੰ ਲੱਗਾ ਤਾਂ ਵਾਪਸ ਤੁਸੀਂ ਆਪ ਹੀ ਆਉਣਾ, ਔਰ ਪੈਕਿੰਗ ਕਰਾ ਕੇ ਵੀ ਤੁਸੀਂ ਜਾ ਸਕਦੇ ਆ, ਲੱਸੀ ਹੈਗੀ ਆ, ਸਾਗ ਆ, ਮੱਕੀ ਦੀ ਰੋਟੀ ਆ, ਤੇ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਜੇ ਹਲੇ ਤੱਕ ਨਹੀਂ ਕੀਤਾ, ਬੈਲ ਵਾਲਾ ਸੱਚ ਦੱਬ ਦਿਓ ਤਾਂ ਕਿ ਤੁਹਾਨੂੰ ਵੀਡੀਓ ਦੇ ਸੁਨੇਹੇ ਮਿਲਦੇ ਰਹਿਣ, ਥੈਂਕ ਯੂ, ਧੰਨਵਾਦ ਜੀ।